ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ PV08 ਵਾਲੇ ਯੂਟਿਊਬ ਚੈਨਲ 'ਤੇ। ਵੀਰੋ, ਤੁਹਾਨੂੰ ਦਿਖਾ ਲਾਂਗੇ ਗ੍ਰਹਿ ਦੇ ਵਿੱਚ ਰੌਣਕਾਂ ਦਿਖ ਰਿਹਾ ਜੀ, ਜਿੱਦਾਂ ਦੁਕਾਨਾਂ ਵਗੈਰਾ ਲੱਗੀਆਂ ਲੱਕੜੀ ਦੀਆਂ ਜਾਂ ਹੋਰ, ਹੈ ਨਾ, ਲੋਕ ਸਮਾਨ ਖਰੀਦਦੇ ਵਗੈਰਾ, ਤੁਹਾਨੂੰ ਪਤਾ ਹੈ ਨਾ, ਲੱਕੜੀਆਂ 19 ਤਰੀਕ ਦੀਆਂ, ਠੀਕ ਹੈ ਜੀ। ਸ਼ੋਪ ਤੁਹਾਨੂੰ ਦਿਖਾ ਲਾਂਗੇ ਜਿਹੜੀਆਂ ਲੱਗੀਆਂ ਰੋਡਾਂ 'ਤੇ ਜਾਂ ਹੋਰ, ਹੈ ਨਾ। ਅਤੇ ਦੇਖਿਓ, ਅੱਜ ਥੋੜ੍ਹਾ ਬੜਾ ਉੱਦਾਂ ਮੀਂਹ ਵੀ ਪੈ ਗਿਆ, ਠੀਕ ਹੈ ਜੀ, ਉਹ ਵੀ ਤੁਹਾਨੂੰ ਮਾਹੌਲ ਦਿਖਾ ਲਾਂਗੇ, ਠੀਕ ਹੈ ਜੀ। ਦੁਕਾਨਾਂ ਰੋਡਾਂ ਦੇ ਪਾਣੀ ਪੂਣੀ ਵੀ ਕਾਫੀ ਗੜ ਗਏ ਗ੍ਰਹਿ ਦੇ ਵਿੱਚ, ਥੋੜ੍ਹਾ ਥੋੜ੍ਹਾ ਲੋਕ ਦੁਕਾਨਾਂ ਜਿਹੜੇ ਪਾਣੀ ਦੇ ਵਿੱਚ ਲਾ ਖੜੇ, ਸਾਰਾ ਤੁਹਾਨੂੰ ਪਤਾ ਲੱਗੇ ਜਾਣਾ ਬਲੌਗ ਦੇ ਵਿੱਚ, ਠੀਕ ਹੈ ਜੀ। ਬਲੌਗ ਮੇਰਾ ਪੂਰਾ ਦੇਖਿਆ ਕਰੋ ਸਾਰੇ ਜਿੰਨੇ ਵੀ ਦੇਖਦੇ ਆਪਣੇ, ਹੈ ਨਾ, ਅਤੇ ਸ਼ੇਅਰ ਵੀ ਕਰਿਆ ਕਰੋ। ਸਤਿ ਸ਼੍ਰੀ ਅਕਾਲ। ਮੰਡੀ ਦਾ ਮਾਹੌਲ ਦੇਖੋ, ਨਿਆਣੇ ਕਿੱਦਾਂ ਨਹਾਉਣ ਨੂੰ ਪਏ ਆ, ਠੀਕ ਹੈ ਜੀ। ਹੌਲੀ 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 ਨਿਆਣੇ ਦੇਖੋ ਕਿੱਦਾਂ ਪਏ ਆ, ਠੀਕ ਹੈ ਜੀ। ਇੱਧਰ ਵੀ ਪਾਣੀ ਪਾਣੀ, ਹੈ ਨਾ, ਕਿੱਦਾਂ ਵੇ, ਠੀਕ ਆ, ਕੀ ਕਰਦੇ, ਨਹਾ ਰਹੇ ਆ, ਗੱਡੀ ਗੁੱਡੀ ਤੋਂ ਉੱਤੇ ਚਾੜ ਦੇ ਕੋਈ ਉੱਪਰ, ਇਹ ਸਾਫ ਕਰਦੇ, ਸਹੀ ਆ। ਠੀਕ ਹੈ ਜੀ, ਪਾਣੀ ਪੂਣੀ ਖੜਾ, ਮੌਸਮ ਵਧੀਆ ਹੋਣ ਦੇ ਕਰਕੇ ਨਿਆਣੇ ਵੀ ਨਹਾ ਨਹੂ ਰਹੇ ਆ, ਠੀਕ ਹੈ ਜੀ। ਉੱਪਰ ਬੱਦਲ ਦੇਖੋ ਕਿੰਨਾ, ਪੰਛੀ ਵੀ ਅੱਜ ਤਾਂ ਨਿਕਲੇ ਆ, ਕਬੂਤਰ ਕਬਾਤਰ ਜੇ ਉਹ ਦੇਖੋ, ਵੀਰੋ ਬਲੌਗ ਪੂਰਾ ਦੇਖਿਆ ਕਰੋ, ਠੀਕ ਹੈ ਜੀ, ਸ਼ੇਅਰ ਵੀ ਜ਼ਰੂਰ ਕਰਿਆ ਕਰੋ, ਅਤੇ ਅੱਗੇ ਗੱਲਾਂ ਬਾਤਾਂ ਕੋਈ ਵਧੀਆ ਕਰਦੇ ਰਹਾਂਗੇ, ਠੀਕ ਹੈ ਜੀ, ਤੁਹਾਨੂੰ ਮਾਹੌਲ ਦਿਖਾਉਂਦੇ ਰਹਾਂਗੇ ਮਾੜਾ ਮੋਟਾ, ਠੀਕ ਹੈ ਜੀ। ਅਤੇ ਹੁਣ ਆਪਾਂ ਘੁੰਮਣ ਫਿਰਨ ਵੀ ਜਿੱਦਾਂ ਨਿਕਲਣਾ ਮਾੜਾ, ਉਹ ਤੁਹਾਨੂੰ ਪਤਾ ਹੀ ਹੈ ਨਾ, ਹੌਲੀ ਹੌਲੀ ਸ਼ਹਿਰਾਂ 'ਚ ਘੁੰਮਿਆ ਕਰਾਂਗੇ ਵਧੀਆ ਵਧੀਆ 'ਚ, ਠੀਕ ਹੈ ਜੀ। ਅਤੇ ਅੱਜ ਮੀਂਹ ਪੈਂਦਾ ਸੀ, ਮੈਂ ਕਿਹਾ ਚਲੋ ਥੋੜ੍ਹੀ ਬਾਹਲੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ, ਠੀਕ ਹੈ ਜੀ। ਅਤੇ ਮੌਸਮ ਸਾਰਾ ਐਨ ਜਿੱਦਾਂ ਲੋਕ ਬਾਹਰ ਨਹਾਉਣੇ ਨਿਆਣੇ ਸੀ, ਠੀਕ ਹੈ ਜੀ, ਉਹ ਵੀ ਆਪਾਂ ਪਿੰਡ ਦਾ ਲਾਈਫ ਚਲਾਇਆ, ਉਹ ਵੀ ਦੇਖਿਓ ਜਾ ਕੇ, ਠੀਕ ਹੈ ਜੀ। ਅਤੇ ਮਾਹੌਲ ਲੱਕੜੀਆਂ ਆ ਸਾਰਿਆਂ, ਤੁਹਾਨੂੰ ਪਤਾ ਜਿੱਦਾਂ, ਠੀਕ ਹੈ ਜੀ। ਅਤੇ ਗ੍ਰਹਿ ਦੇ ਵਿੱਚ ਵੀ ਮਾਹੌਲ ਵਧੀਆ, ਕੁੜੀਆਂ ਮਹਿੰਦੀਆਂ ਮੁੰਦੀ ਮਹਿੰਦੀਆਂ ਲਵਾ ਰਹੀਆਂ, ਹੈ ਨਾ, ਜਿੱਦਾਂ ਤੁਹਾਨੂੰ ਪਤਾ ਹੀ ਹੋਣਾ, ਉਹ ਵੀ ਤੁਹਾਨੂੰ ਦਿਖਾ ਲਾਂਗੇ, ਠੀਕ ਹੈ ਜੀ। ਮੇਲਾ ਵੀ ਸਾਡੇ ਪਿੰਡ ਦੇ, ਉਹ ਵੀ ਤੁਹਾਨੂੰ ਦਿਖਾ ਲਾਂਗੇ। ਅਤੇ ਬਣੇ ਰਹੋ ਬਲੌਗ ਦੇ ਵਿੱਚ, ਠੀਕ ਹੈ ਜੀ, ਇੱਥੇ ਦਾ ਮਾਹੌਲ ਵੀ ਦੇਖ ਲਓ। ਆਪਾਂ ਪੁੱਛਣਾ ਦੁਕਾਨ 'ਤੇ ਜਾਣਾ ਆ, ਠੀਕ ਹੈ ਜੀ। ਲੱਗੇ ਆਉਂਦੇ ਵੀਰ, ਦੁਕਾਨ 'ਤੇ ਜਾਣਾ ਆਪਾਂ, ਮੰਡੀ ਦਾ ਮਾਹੌਲ ਸਾਰੇ, ਠੀਕ ਹੈ ਜੀ। ਮੌਸਮ ਜਾਣ ਗਿਆ, ਲੋਕ ਹੁਣ ਬਾਹਰ ਨਿਕਲ ਗਏ, ਆਪਣਾ ਜਿਹੜਾ ਘਰ ਦਾ ਸੌਦਾ ਪੁੱਤਾ ਜਾਂ ਹੋਰ ਟੁੱਟਰ ਲੈਣ ਸਾਰਾ ਹੀ, ਹੈ ਨਾ। ਗ੍ਰਹਿਆਂ ਦਾ ਮਾਹੌਲ ਤਾਂ ਤੁਰ ਕੇ ਦਿਖਾ ਲਾਂਗੇ ਮਾੜਾ ਜਿਹਾ, ਠੀਕ ਹੈ ਜੀ, ਵਧੀਆ। ਮਹਿੰਦੀ ਮੁੰਦੀ ਦਾ, ਲੱਕੜੀਆਂ ਲੱਕੜੀਆਂ ਦਾ ਸਾਰਾ ਦਿਖਾ ਲਾਂਗੇ ਤੁਹਾਨੂੰ, ਠੀਕ ਹੈ ਜੀ।
ਨਾਲ ਸ਼ੁਰੂ ਹੋ ਜਾਣਗੀਆਂ। ਜਿਹੜਾ ਭਾਰਤ ਦਾ ਖਾਣ ਪੀਣ ਵਾਲੀਆਂ ਨੱਚੀਆਂ ਲੱਗੀਆਂ ਇੱਥੇ ਵੀ ਲਾਈ ਸੀ ਉੱਧਰ, ਠੀਕ ਹੈ ਜੀ, ਕੱਪੜੇ ਕੁੱਪੜਿਆਂ ਦੀ ਆ। ਜਿੱਦਾਂ ਤੁਹਾਨੂੰ ਪਤਾ ਸਾਡਾ ਸਿੱਧੂ ਬਾਈ ਜੀ, ਠੀਕ ਹੈ ਜੀ, ਤੁਰ ਕੇ ਹੋਵਾਂਗੇ ਮਾੜਾ ਜਿਹਾ ਉੱਦਾਂ। ਰੱਚ ਰੁੱਚ ਪੈ ਗਿਆ ਉੱਦਾਂ ਕਾਫੀ, ਲੱਕੜੀਆਂ ਲੱਗੀਆਂ ਲੱਕੜੀਆਂ ਮੀਂਹ ਦੇ ਕਰਕੇ ਢੱਕੀਆਂ ਸਾਰੀਆਂ, ਹੈ ਨਾ, ਦੇਖੋ ਉਹਨਾਂ ਨੇ ਬਾਈ ਨਹੀਂ ਲਾਈਆਂ, ਉਹਨਾਂ ਨੇ ਵੀ ਢੱਕੀਆਂ ਗਈਆਂ ਸਾਰੀਆਂ, ਠੀਕ ਹੈ ਜੀ, ਇੱਧਰ ਵੀ ਢੱਕੀਆਂ, ਵੀ ਲੱਗੀਆਂ। ਹੋਰ ਸੁੱਖੇ ਭਾਜੀ ਕੀ ਹਾਲ ਚਾਲ ਆ, ਵੀਡੀਓ ਬਣਾਈ ਜਾਂਦਾ ਕਿੱਦਾਂ ਭਾਜੀ? ਹੁਣੇ ਵੀ ਲਾਈਆਂ ਆ, ਉੱਦਾਂ ਲੱਕੜੀਆਂ ਸਾਰੀਆਂ, ਲੱਕੜੀਆਂ ਦਾ ਮਾਹੌਲ ਚੱਲ ਪਿਆ ਸਾਰਾ ਜੀ, ਤੁਹਾਨੂੰ ਗ੍ਰਹਿਆਂ ਦਾ ਮਾਹੌਲ ਸਾਰਾ ਹੀ। 19 ਤਰੀਕ ਦੇ ਰਾਤ ਜਿੱਦਾਂ ਪਤਾ ਲੱਕੜੀਆਂ ਸਾਰੀਆਂ ਇਹ ਨਾ, ਮੈਂ ਚਲੋ ਗ੍ਰਹਿਆਂ ਦੀ ਵੀਡੀਓ ਬਣਾ ਲੈਂਦੇ ਹਾਂ, ਠੀਕ ਹੈ ਜੀ, ਲੱਕੜੀਆਂ ਲੋਕ ਖਰੀਦਦੇ ਵੀ ਆ ਸਾਰੇ, ਪਾਣੀ ਪੂਣੀ ਵੀ ਖੜ ਗਿਆ ਤਾਂ ਕਰਕੇ ਪ੍ਰੋਬਲਮ ਮਾੜੀ ਮੋਟੀ ਸਾਨੂੰ ਪਤਾ ਪਾਣੀ ਕਰਕੇ ਆਉਂਦੀ ਇੱਧਰ ਵੀ, ਠੀਕ ਹੈ ਜੀ, ਲੱਗੀਆਂ ਢੱਕੀਆਂ ਪਈਆਂ ਸਾਰਿਆਂ ਨੇ ਪਾਣੀ ਦੇ ਕਰਕੇ। ਦੇਖਦੇ ਹਾਂ ਕਈਆਂ ਨੇ ਖੋਲੀਆਂ ਵੀ, ਤਾਂ ਹੁਣ ਮੀਂਹ ਮੂੰਹ ਜਾਵੇ ਗਿਆ ਕਿ ਬਹੁਤ ਪ੍ਰੋਬਲਮ ਪਾਣੀ ਦੇ ਮੀਂਹ ਦੇ ਕਰਕੇ ਆਉਂਦੀ ਆ ਇੱਧਰ ਦਾ, ਠੀਕ ਹੈ ਜੀ, ਕਾਨਾ ਤਕੂਨਾ ਲਾ ਲਈਆਂ ਸਾਰਿਆਂ ਨੇ। ਲੱਕੜੀਆਂ ਪਾਈਆਂ ਲਾਈਆਂ ਸਾਰੀਆਂ, ਠੀਕ ਹੈ ਜੀ, ਇੱਕ ਰੱਛ ਰੁੱਛ ਵੀ ਪੈ ਜਾਂਦਾ ਕੋਈ ਗੱਡੀਆਂ ਵਾਲੇ ਦੁਆਲੇ ਕਰਕੇ, ਹੈ ਨਾ, ਸਾਰੀਆਂ ਜੀ ਤਾਂ ਕਰਕੇ ਰੱਛ ਰੁੱਛ ਵੀ ਪੈ ਜਾਂਦਾ ਆ, ਉੱਪਰ ਜ਼ਿਆਦਾ ਘਰ ਤਾਂ ਲੁਕਿਆ ਹੋਇਆ, ਦੁਕਾਨਾਂ ਮੀਂਹ ਦੇ ਕਰਕੇ ਟੱਕੀਆਂ ਆ ਲੱਕੜੀਆਂ ਦੀਆਂ, ਉੱਦਾਂ ਭਾਵ ਲੋਕ ਖਰੀਦੀ ਵੀ ਜਾਂਦੇ ਆ, ਹੈ ਨਾ, ਸਾਰਾ ਜੀ ਤਾਂ ਕਰਕੇ ਇੱਧਰ ਵੀ ਨਵੀਂ ਦੁਕਾਨ ਖੁੱਲ੍ਹੀ, ਸਹੀ ਆ ਜੀ, ਦੇਖੋ ਪਰ ਰੱਛ ਬਹੁਤ ਜ਼ਿਆਦਾ ਪੈਂਦਾ, ਚੱਕਰ ਇਹ ਹੋ ਜਾਂਦਾ ਸਾਰਾ ਜੀ, ਪਾਣੀ ਦੀ ਵੀ ਪ੍ਰੋਬਲਮ ਹੈ ਮੀਂਹ ਦੇ ਕਰਕੇ, ਇੱਧਰ ਵੀ ਲੱਗ ਗਈ ਆ, ਠੀਕ ਹੈ ਜੀ, ਅਤੇ ਰੱਛ ਸਾਡੇ ਸਾਹਮਣੇ ਹੀ ਆ ਗ੍ਰਹਿਆਂ ਦਾ। ਰੱਛ ਉੱਧਰ ਵੀ ਲੱਗਿਆ ਹੋਇਆ, ਦੇਖੋ ਕਿੰਨਾ ਰੱਛ ਆ, ਏ ਸੀ ਵੀ ਚੱਲ ਰਹੀ ਆ ਉੱਦਾਂ ਦਾ, ਏ ਸੀ ਵੀ ਚੱਲ ਰਹੀ ਆ, ਰਾਤ ਦੇ ਤੁਹਾਡੇ ਸਾਹਮਣੇ ਆ, ਚਲੋ ਬੈਗ ਚੱਲਦੇ ਹਾਂ,
ਮਾਹੌਲ ਲੱਕੜੀਆਂ ਦਾ ਝਾੜ ਹੋਇਆ ਬੈਟ ਨਾਲ ਸਬਜ਼ੀ ਸੁਬਜ਼ੀ ਖਰੀਦਿਆ ਰਸ਼ ਦੇਖੋ ਮੌਸਮ ਠੰਡਾ ਕਰਕੇ ਲੋਕ ਸਾਰੇ ਬਾਹਰ ਆ ਗਏ ਠੀਕ ਹੈ ਜੀ ਉਹ ਕਹਿੰਦੇ ਚਲੋ ਠੰਡੇ ਠੰਡੇ ਆਪਾਂ ਲੱਕੜੀਆਂ ਲੁੱਕੜੀਆਂ ਜਿੱਦਾਂ ਨਾ ਸਾਰੇ ਖਰੀਦ ਲਓ ਜਾਂ ਸਮਾਨ ਹੋਰ ਖਰੀਦ ਲਓਗੇ ਸਾਰਾ ਹੀ ਠੀਕ ਹੈ ਜੀ ਖਾਣੀ ਖੁਣੀ ਦਫ਼ਤਰਾਂ ਨਾਲ ਕੱਟ ਰਹੇ ਆ ਹੈ ਨਾ ਖਾਲੀ ਪੂਜਾ ਰੱਖ ਸਾਰਾ ਹੀ 19 ਤਰੀਕ ਤੱਕ ਰੱਛ ਜਾਣਗੇ ਇੱਕ ਦਿਨ ਪਹਿਲਾਂ ਜ਼ਿਆਦਾ ਪੈਣਾ ਰੱਛ ਕਰਿਆਂ ਦੇ ਵਿੱਚ ਕਹੂੰਗੀ ਉੱਦੋਂ ਸਾਨੂੰ ਪਤਾ ਫਿਰ ਲੱਕੜੀਆਂ ਖਰੀਦੂਗੀਆਂ ਹੈ ਨਾ ਕੁੜੀਆਂ ਕਈ ਤਾਂ ਬੰਨਣ ਵੀ ਲੱਗ ਜਾਂਦੇ ਪਹਿਲਾਂ ਵੀ ਬੰਨਣ ਲੱਗ ਜਾਂਦੇ ਇੱਕ ਦੋ ਦਿਨ ਸਾਰ ਵੀ ਹੈ ਨਾ ਅਤੇ ਪਾਣੀ ਪੂਣੀ ਵੀ ਖੜਾ ਨਹੀਂ ਵੀ ਆ ਠੀਕ ਆ ਆਪਾਂ ਪਿਆਜ਼ਾਂ ਦੇ ਉੱਦਾਂ ਬੀਜ ਦੇ ਖਰੀਦਣ ਆਏ ਸੀ ਮੇਰੇ ਘਰ ਨਾਲ ਮਿਲੇ ਨਹੀਂ ਠੀਕ ਹੈ ਜੀ ਗ੍ਰਹਿਆਂ ਦਾ ਮਾਹੌਲ ਆਪਾਂ ਨਿਕਲਣੇ ਆ ਰੱਛ ਪੈ ਗਿਆ ਠੀਕ ਹੈ ਜੀ ਅਤੇ ਕਿੱਥੇ ਵੀ ਜਾਵੇ ਰੱਛ ਇਹ ਸੀ ਜੀ ਮਾਹੌਲ ਗ੍ਰਹਿਆਂ ਦਾ ਫਿਰ ਵੀ ਹਲੇ ਉੱਧਰ ਫਾਟਕਾ ਵਾਲੀ ਸਾਈਡ 'ਤੇ ਲੋਕ ਰੱਛ ਉੱਧਰਲੀ ਸਾਈਡ 'ਤੇ ਆਪਾਂ ਗਏ ਨਹੀਂ ਕਿੱਦਾਂ ਲੱਗਾ ਵਲੋਗ ਕਮੈਂਟ ਕਰਕੇ ਜ਼ਰੂਰ ਦੱਸਿਓ ਸ਼ੇਅਰ ਵੀ ਜ਼ਰੂਰ ਕਰਿਓ ਠੀਕ ਹੈ ਜੀ ਇੱਦਾਂ ਤੁਹਾਨੂੰ ਟੱਕਰਦੇ ਅਗਲੇ ਨਵੇਂ ਵਲੋਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ